ਸਭ ਤੋਂ ਪਹਿਲਾਂ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਹੁੰਚੇ ਹੋਏ ਸਾਰੇ ਹੀ ਸਾਡੇ ਬਹੁਤ ਸਤਿਕਾਰਯੋਗ ਜਥੇਬੰਦੀਆਂ ਦੇ ਮੈਂਬਰ ਭਰਾ ਤੇ ਸਾਰੇ ਤੁਸੀਂ ਸੰਗਤ, ਅਸੀਂ ਤਹਿ ਦਿਲ ਤੋਂ ਤੁਹਾਡੇ ਧੰਨਵਾਦੀ ਹਾਂ। ਚਲੋ ਇੱਥੇ ਧੰਨਵਾਦ ਕਰਨਾ ਵੀ ਨਹੀਂ ਬਣਦਾ ਕੋਈ, ਇਹ ਸਾਡਾ ਨਿੱਜੀ ਕੋਈ ਪ੍ਰੋਗਰਾਮ ਨਹੀਂ, ਇਹ ਸਾਡੀ ਹੋਂਦ ਦੀ ਲੜਾਈ ਹੈ, ਸਾਡਿਆਂ ਖੇਤਾਂ ਦੀ, ਆਉਣ ਵਾਲੀਆਂ ਨਸਲਾਂ ਦੀ, ਆਉਣ ਵਾਲੀਆਂ ਫਸਲਾਂ ਦੀ ਲੜਾਈ ਹੈ। ਕਿਉਂ? ਕਿਉਂਕਿ ਪੰਜਾਬ ਨੂੰ ਖੇਤੀ ਤੋਂ ਬਿਨਾਂ ਸਿਰਜਿਆ ਹੀ ਨਹੀਂ ਜਾ ਸਕਦਾ, ਪਹਿਲੀ ਗੱਲ। ਦੂਜੀ ਗੱਲ ਇਹ ਹੈ ਵੀ ਖੇਤੀ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਪ੍ਰੋਪਰ ਤੌਰ 'ਤੇ ਕਿੱਤਾ ਵੀ ਨਹੀਂ ਹੈਗਾ। ਦੇਖੋ, ਕੋਈ ਛੋਟਾ ਜ਼ਿਮੀਂਦਾਰ ਆ, ਮੈਂ ਇੱਕ ਖੁਦ ਛੋਟਾ ਜ਼ਿਮੀਂਦਾਰ ਹਾਂ, 5-4 ਕਿੱਲੇ ਜ਼ਮੀਨ ਦੇ ਨਾਲ 5-7 ਮੱਝਾਂ ਰੱਖ ਲਈਆਂ, ਇੱਕ ਸਾਡਾ ਸਰਕਲ ਚੱਲੀ ਜਾਂਦਾ, ਉਹਨਾਂ ਦਾ ਦੁੱਧ ਪਾ ਲਿਆ, ਸਾਡੀ ਆਈ ਚਲਾਈ ਚੱਲੀ ਜਾਂਦੀ ਹੈ। ਹੁਣ ਜੇ ਸਾਡੇ ਤੋਂ ਸਾਡੇ ਖੇਤ ਹੀ ਖੋਲ੍ਹੇ ਤਾਂ ਫਿਰ ਅਸੀਂ ਕਰਾਂਗੇ ਕੀ? ਦੂਜੀ ਗੱਲ ਇਹ ਹੈ, ਅੱਜ ਵੱਡੀ ਗਿਣਤੀ 'ਚ ਨੌਜਵਾਨ ਭਰਾ ਬਾਹਰਲਿਆਂ ਮੁਲਕਾਂ 'ਚ ਜਾ ਰਹੇ ਆ, ਵਧੀਆ ਗੱਲ ਆ, ਮੈਂ ਕਹਿੰਦਾ ਕੋਈ ਬੁਰਾਈ ਨਹੀਂ, ਕਿਉਂਕਿ ਇੱਥੇ ਹਰ ਇੱਕ ਬੰਦੇ ਨੂੰ ਆਪਣਾ ਫਿਊਚਰ ਸੇਵ ਕਰਨ ਦਾ ਹੱਕ ਹੈ। ਇੱਥੇ ਉਹਨਾਂ ਨੂੰ ਇਹ ਹੱਕ ਦਿੰਦਾ ਨਹੀਂ ਹੈਗਾ ਵੀ ਇੱਥੇ ਕੋਈ ਸਾਡਾ ਫਿਊਚਰ ਬਣ ਸਕਦਾ। ਅਗਲਾ ਪੜ੍ਹਦਾ, ਪਲੱਸ ਟੂ ਕਰਦਾ, ਸਿੱਧਾ ਆਈਲੈਟਸ ਕਰਦਾ, ਜ਼ਮੀਨ 'ਤੇ ਲਿਮਿਟ ਕਰਾਉਂਦਾ ਅਤੇ ਸਿੱਧਾ ਕਨੇਡਾ ਚਲੇ ਜਾਂਦਾ। ਇੱਕ ਜਾਂਦਾ, ਉਹ ਤੋਂ ਬਾਅਦ ਉਹਦਾ ਪਰਿਵਾਰ ਵੀ ਪਿੱਛੋਂ ਜਾਂਦਾ, ਵੱਡੀ ਗੱਲ ਹੋ ਗਈ। ਹੁਣ ਉਹ ਲਿਮਿਟ ਕਰਾਉਂਦਾ ਜਿਹੜੀਆਂ ਜ਼ਮੀਨਾਂ 'ਤੇ, ਉਹਨਾਂ ਦਾ ਇੱਕ ਰੇਟ ਹੈ। ਜਦੋਂ ਪ੍ਰਾਈਵੇਟ ਕਰਨ ਆ ਗਿਆ, ਜਦੋਂ ਵੱਡੇ ਵੱਡੇ ਕਾਰਪੋਰੇਟ ਘਰਾਣੇ ਆ ਗਏ, ਤਾਂ ਫਿਰ ਜਿਹੜੇ ਸਾਡੀਆਂ ਜ਼ਮੀਨਾਂ ਦੇ ਰੇਟ ਨੇ, ਉਹ ਰੇਟ ਉਹ ਨਹੀਂ ਰਹਿ ਜਾਣੇ ਜਿਹੜੇ ਅੱਜ ਨੇ। ਰੇਟ ਤਾਂ ਸਰਕਾਰਾਂ ਨੇ ਪਹਿਲਾਂ ਹੀ, ਤੁਸੀਂ, ਤੁਹਾਨੂੰ ਪਤਾ ਹੀ ਹੈ ਸਾਹਿਬ ਨੂੰ, ਟੁੱਟੇ ਹੋਏ ਨੇ। ਸੋ ਤਾਂ ਕਰਕੇ ਇਹ ਜਿਹੜੇ 3 ਬਿੱਲ ਨੇ, ਇਹ ਇੱਕ ਦੂਜੇ 'ਚ ਐਸੇ ਸਿਸਟਮ ਨਾਲ ਫਿੱਟ ਕੀਤੇ ਹੋਏ ਨੇ ਵੀ ਕਿਸਾਨ ਬੰਦਾ ਆਪਦੇ ਹੱਕ ਲਈ ਕਿਸੇ ਪਾਸੇ ਆਵਾਜ਼ ਚੱਕ ਹੀ ਨਹੀਂ ਸਕਦਾ। ਤੁਸੀਂ ਕਹਿਤਾ ਜੀ, ਕੰਟਰੈਕਟ ਫਾਰਮਿੰਗ ਦੇ ਵਿੱਚ ਵੀ ਤੁਹਾਡਾ ਕੰਟਰੈਕਟਰ ਨਾਲ ਕੋਈ ਰੌਲਾ ਹੋ ਜਾਂਦਾ ਤਾਂ SDM ਉਹਦਾ ਮਸਲਾ ਹੱਲ ਕਰਾਊਗਾ। ਕਿਉਂ ਕਰਾਊਗਾ ਜੀ SDM ਉਹਦਾ ਮਸਲਾ ਹੱਲ? ਅਸੀਂ ਕੋਰਟ 'ਚ ਕਿਉਂ ਨਹੀਂ ਜਾ ਸਕਦੇ? ਸਿੱਧੇ ਤੌਰ 'ਤੇ ਤੁਹਾਡੀ ਨੀਤ 'ਚ ਖੋਟ ਹੈ। ਕਿਉਂ ਖੋਟ ਹੈ? ਇਹਦਾ ਮਨਸ਼ਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਉਹਨਾਂ ਦੇ ਆਉਣ ਵਾਲੇ ਪਲਾਨ ਕੀ ਨੇ। ਇਹ ਉਹਨਾਂ ਦੀਆਂ ਮਨੋਪਲੀਆਂ ਬਣੀਆਂ ਹੋਈਆਂ ਨੇ ਜਿਹਦੇ 'ਚ ਅੰਬਾਨੀ ਨੇ, ਅਡਾਨੀ ਨੇ, ਉਹਨਾਂ ਦੀਆਂ ਡੀਲਾਂ ਹੁੰਦੀਆਂ ਨੇ ਵੀ ਇਸ ਵਾਰ ਸਰਕਾਰ ਆਈ ਤੁਹਾਨੂੰ ਪੰਜਾਬ ਦੇ ਦਿਆਂਗੇ, ਅਗਲੀ ਵਾਰੀ ਸਰਕਾਰ ਆਈ ਤੁਹਾਨੂੰ ਹਰਿਆਣਾ ਦੇ ਦਿਆਂਗੇ, ਤੁਸੀਂ ਉੱਥੇ ਜੋ ਕੁਛ ਮਰਜ਼ੀ ਕਰਿਓ। ਪਰ ਇਹ ਸਿੱਧੇ ਤੌਰ 'ਤੇ ਅੱਜ ਉਹਨਾਂ ਨੂੰ ਇੰਨਾ ਨਹੀਂ ਪਤਾ ਸੀ ਵੀ ਪੰਜਾਬ ਦੇ ਲੋਕਾਂ ਦਾ ਇਤਿਹਾਸ ਸ਼ੁਰੂ ਤੋਂ ਬਗਾਵਤੀ ਰਿਹਾ, ਸ਼ੁਰੂ ਤੋਂ ਅੰਦੋਲਨਾਂ 'ਚੋਂ, ਇੱਥੋਂ ਮੋਰਚਿਆਂ 'ਚੋਂ ਪੰਜਾਬ ਦੇ ਬਹੁਤ ਸੂਰਮੇ ਨਿਕਲੇ ਨੇ ਜਿਹਨਾਂ ਨੂੰ ਅੱਜ ਇਤਿਹਾਸ ਯਾਦ ਰੱਖਦਾ। ਸਰਦਾਰ ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਭਗਤ ਸਿੰਘ, ਇਹ ਖੂਨ ਉਹੀ ਹੈ, ਜਜ਼ਬਾ ਉਹੀ ਹੈ, ਪਰ ਏਜੰਸੀਆਂ ਦੇ ਥਰੂ ਬਦਨਾਮ ਕਰ ਦਿੱਤਾ ਜਾਂਦਾ ਕਿਤੇ ਨਾ ਕਿਤੇ ਨੌਜਵਾਨੀ ਨੂੰ। ਦੇਖੋ, ਅੰਦੋਲਨਾਂ ਦੀ ਗੱਲ ਪੰਜਾਬ 'ਚੋਂ ਬਹੁਤ ਟਾਈਮ ਤੋਂ ਚੱਲਦੀ ਆਉਂਦੀ ਆ, ਵੱਖ ਵੱਖ ਮੁੱਦਿਆਂ 'ਤੇ ਬਹੁਤ ਬੁੱਧੀਜੀਵੀ, ਬਹੁਤ ਸੰਘਰਸ਼ਸ਼ੀਲ ਲੋਕ ਲੜਾਈਆਂ ਲੜ ਵੀ ਰਹੇ ਨੇ, ਅਸੀਂ ਉਹਨਾਂ ਦਾ ਸਮਰਥਨ ਜਿੰਨਾ ਸਾਡੇ ਤੋਂ ਬਣਦਾ ਅਸੀਂ ਕਰ ਵੀ ਰਹੇ ਹਾਂ। ਪਰ ਅੱਜ ਜਦੋਂ ਸਿੱਧੀ ਆਣ ਕੇ ਅੱਗ ਸਾਡੇ ਖੇਤਾਂ 'ਚ ਹੀ ਵੜ ਗਈ, ਤਾਂ ਕੱਲ੍ਹ ਨੂੰ ਉਹ ਅੱਗ ਸਾਡੇ ਘਰ ਵੀ ਵੜ ਸਕਦੀ ਹੈ, ਉਹਨੂੰ ਰੋਕਣਾ ਸਾਡਾ ਫਰਜ਼ ਹੈ। ਕਿਸਾਨ ਜਥੇਬੰਦੀਆਂ ਲੰਬੇ ਸਮੇਂ ਤੋਂ ਸਾਡੀਆਂ ਖੇਤਾਂ ਦੀ ਲੜਾਈ ਲੜ ਰਹੀਆਂ ਨੇ, ਸੰਘਰਸ਼ ਕਰ ਰਹੀਆਂ ਨੇ, ਸਾਡੇ ਬਜ਼ੁਰਗਾਂ ਕੋਲੋਂ ਇੱਕ ਲੰਬਾ ਤਜਰਬਾ ਹੈ, ਇਹਨਾਂ ਨੂੰ ਪਤਾ ਕਿਹੜੀ ਗੱਲ 'ਤੇ ਕਿੱਥੇ ਪ੍ਰੈਸ਼ਰ ਸਰਕਾਰਾਂ 'ਤੇ ਕਿਵੇਂ ਪਾਉਣਾ। ਖੁਸ਼ੀ ਦੀ ਗੱਲ ਅੱਜ ਦੂਜੀ ਇਹ ਹੋਈ ਹੈ ਕਿ ਸਾਡੇ ਗਾਉਣ ਵਾਲਿਆਂ ਬਾਰੇ ਇਹ ਗੱਲ ਕਹੀ ਜਾਂਦੀ ਹੈ, ਪਹਿਲਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਦੱਸਿਆ ਕਿ ਗਿਣਤੀ ਹੈ ਜਿਹੜੀ ਉਹ ਘੱਟ ਹੁੰਦੀ ਹੈ, ਬਹੁਮਤ ਵੱਧ ਜਾਂਦੀ ਹੈ, ਨੈਗੇਟਿਵਿਟੀ ਹਮੇਸ਼ਾ ਜ਼ਿਆਦਾ ਰਨ ਕਰਦੀ ਹੈ ਸਮਾਜ 'ਚ, ਬੁਰਾਈ ਜਿਹਨੂੰ ਕਹਿ ਦਿੱਤਾ ਜਾਂਦਾ, ਚੰਗਿਆਈ ਹੈ, ਚੰਗੇ ਬੰਦੇ ਨੇ ਕਿਸ ਤੋਂ ਲੈਣਾ ਕੀ, ਆਪਦੇ ਸਿਆਣਿਆਂ ਦੀ ਗੱਲ ਹੈ, ਚੁੱਪ ਕਰਕੇ ਘਰੇ ਬੈਠੂਗਾ। ਜਿਹੜਾ ਇੱਕ ਬੰਦਾ ਪਿੰਡ 'ਚ ਮਾੜਾ ਹੋਊਗਾ, ਸਾਰਾ ਪਿੰਡ ਉਹਦੀ ਗੱਲ ਕਰੂਗਾ ਵੀ ਯਾਰ ਫਲਾਣਾ ਤਾਂ ਇਹ ਜਿਹਾ, ਫਲਾਣਾ ਤਾਂ ਇਹ ਜਿਹਾ, ਜਿਹੜਾ ਸਾਰਾ ਪਿੰਡ ਚੰਗਾ ਉਹਦੀ ਗੱਲ ਨਹੀਂ ਕਰਨਗੇ। ਇਹ ਸੱਚ ਹੈ, ਇਹ ਸੱਚ ਤੋਂ ਆਪਾਂ ਵਿਸਰ ਨਹੀਂ ਸਕਦੇ। ਸਾਡੇ ਬਾਰੇ, ਸਾਡੀ ਜਮਾਤ ਬਾਰੇ ਇਹ ਕਿਹਾ ਜਾਂਦਾ ਸੀ ਕਿ ਇਹਨਾਂ ਨੇ ਜਵਾਨੀ ਨੂੰ ਕਿਰਾਹੇ ਪਾ ਦਿੱਤਾ। ਅੱਜ ਨੌਜਵਾਨਾਂ ਗਾਇਕਾਂ ਨੂੰ, ਗਾਇਕ ਤਾਂ ਦੇਖੋ ਪਹਿਲਾਂ ਵੀ ਸੀ, ਮੀਡੀਆ ਬਹੁਤ ਵੱਡੇ ਪੱਧਰ 'ਤੇ ਆ ਗਿਆ, ਸਾਨੂੰ ਨੌਜਵਾਨ ਫੋਲੋ ਕਰਦੇ ਨੇ, ਤਾਂ ਕਰਕੇ ਸਿੱਧਾ ਇਲਜ਼ਾਮ ਇਹ ਸਾਡੇ 'ਤੇ ਆਉਂਦਾ ਕਿ ਇਹਨਾਂ ਨੇ ਕਿਰਾਹੇ ਪਾ ਦਿੱਤਾ ਜੀ ਨੌਜਵਾਨੀ ਨੂੰ। ਅਸੀਂ, ਨਿੱਜੀ ਫਰਜ਼ ਤਾਂ ਸਾਡਾ ਹੈਗਾ ਹੀ ਹੈਗਾ, ਮੈਂ ਵਾਰ ਵਾਰ ਕਹਿੰਦਾ ਕਿ ਦੇਖੋ ਪਹਿਲੇ ਦਿਨ ਤੋਂ ਸੰਘਰਸ਼ਾਂ ਦਾ ਹਿੱਸਾ ਬਣੇ ਹਾਂ ਜੀ, ਛੋਟਿਆਂ ਇਕੱਠਾਂ 'ਚ ਵੀ ਗਏ ਹਾਂ, ਛੋਟੀ ਸਭਾ ਹੋਈ ਆ 4 ਬੰਦਿਆਂ 'ਚ ਵੀ ਗਏ ਹਾਂ, 1000 ਬੰਦਿਆਂ 'ਚ ਵੀ ਗਏ ਹਾਂ, ਪਰ ਫੋਕਸ ਨਹੀਂ ਹਿੱਲਿਆ। ਅੱਜ ਜੇ ਜਸ ਬਾਜਵਾ ਆਪਦੇ ਘਰੋਂ ਨਿਕਲਦਾ ਤਾਂ ਉਹ ਕਿਉਂ ਨਿਕਲਦਾ? ਉਹ ਆਪਣੇ ਖੇਤਾਂ ਕਰਕੇ ਨਿਕਲਦਾ ਤੇ ਲੋਕਾਂ ਨੂੰ ਇਹ ਗੱਲ ਦੱਸਦਾ ਵੀ ਸਾਡਿਆਂ ਖੇਤਾਂ 'ਤੇ ਡਾਕਾ ਮਾਰਿਆ ਜਾ ਰਿਹਾ, ਅਸੀਂ ਆਪਣੇ ਖੇਤ ਬਚਾਉਣੇ ਨੇ। ਨੌਜਵਾਨਾਂ ਨੂੰ ਵੀ ਵਾਰ ਵਾਰ ਇਹੀ ਕਿਹਾ ਜਾਂਦਾ ਕਿ ਠੀਕ ਹੈ, ਸਾਡੇ ਦਿਲ 'ਚ ਬਹੁਤ ਦਰਦ ਹੈ ਪੰਜਾਬ ਲਈ, ਅਸੀਂ ਉਸ ਚੀਜ਼ ਦਾ ਸਤਿਕਾਰ ਕਰਦੇ ਹਾਂ। ਬੜੇ ਇਹਨਾਂ ਦਿਨਾਂ ਦਰਮਿਆਨ ਬੜੇ ਮੁੱਦੇ ਪੰਜਾਬ ਦੇ ਬੁੱਧੀਜੀਵੀਆਂ ਨੇ, ਚਾਹੇ ਉਹ ਵਕੀਲ ਨੇ, ਚਾਹੇ ਉਹ ਗਾਉਣੇ ਵਾਲੇ ਭਰਾ ਨੇ, ਚਾਹੇ ਐਕਟਰ ਨੇ,
ਬਹੁਤ ਮੁੱਦੇ ਨਿਕਲ ਕੇ ਆਏ ਪੰਜਾਬ ਦੇ ਨੌਜਵਾਨਾਂ ਨੂੰ ਇਹ ਪਤਾ ਲੱਗਿਆ ਵੀ ਪੰਜਾਬ 'ਚ ਯਾਰ ਇੰਨੇ ਮੁੱਦੇ ਚੱਲਦੇ ਆ। ਖੁਸ਼ੀ ਹੋਈ ਇਸ ਗੱਲ ਦੀ ਵੀ ਤੁਹਾਨੂੰ ਪਤਾ ਲੱਗਿਆ ਵੀ ਸਾਡੀਆਂ ਸਰਕਾਰਾਂ ਸਾਨੂੰ ਕਿਵੇਂ ਗੁੰਮਰਾਹ ਕਰਦੀਆਂ ਨੇ। ਅੱਜ ਤੁਸੀਂ ਅਵੇਅਰ ਹੋ, ਪਰ ਅੱਜ ਸਾਡਾ ਜੇ ਪਹਿਲਾ ਮੁੱਦਾ, ਜੇ ਅਸੀਂ ਜਿਸ ਮੁੱਦੇ ਕਰਕੇ ਅੱਜ 500 ਬੰਦਾ ਇੱਥੇ ਇਕੱਠਾ ਹੋਇਆ, ਤੁਸੀਂ ਮੈਨੂੰ ਇੱਕ ਜਵਾਬ ਦੱਸ ਦਿਓ ਵੀ ਤੁਸੀਂ ਇਨਕਲਾਬ ਲੈਣ ਆਏ ਹੋ ਕਿ ਤੁਸੀਂ ਆਪਦੇ ਖੇਤ ਪਹੁੰਚਾਉਣ ਆਏ ਹੋ। ਮੈਂ ਪੁੱਛਣਾ ਚਾਹੁੰਦਾ ਜੀ ਤੁਹਾਡੇ ਤੋਂ, ਅੱਜ ਆਪਾਂ ਆਪਣੇ ਖੇਤਾਂ ਦੀ ਲੜਾਈ ਲੜ ਰਹੇ ਹਾਂ ਜਾਂ ਇਨਕਲਾਬ ਦੀ ਲੜਾਈ ਲੜ ਰਹੇ ਹਾਂ ਖੇਤਾਂ ਲਈ? ਜੇ ਖੇਤ ਬਚਣਗੇ ਇਨਕਲਾਬ ਵੀ ਤਾਂ ਹੀ ਆਊਗਾ ਜੀ। ਸੋ ਪਹਿਲਾ ਸਾਡਾ ਜਿਹੜਾ ਮੁੱਦਾ ਹੈ ਜੀ, ਉਹ ਖੇਤੀ ਦਾ। ਸਾਡੇ ਬਜ਼ੁਰਗਾਂ ਦਾ ਲੰਬਾ ਸੰਘਰਸ਼ ਹੈ। ਸਾਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੁਹਾਡੇ ਪਿੱਛੇ ਨੌਜਵਾਨ ਬਹੁਤ ਵੱਡੇ ਪੱਧਰ ਤੇ ਤੁਹਾਨੂੰ ਫੋਲੋ ਕਰਦੇ ਨੇ। ਸਾਡੇ ਸਾਰਿਆਂ ਭਰਾਵਾਂ ਨੇ, ਸਾਰੀ ਸਾਡੀ ਇੰਡਸਟਰੀ ਨੇ ਤਨਦੇਹੀ ਨਾਲ, ਮੈਂ ਇਹ ਕਹਿਣ ਤੋਂ ਇੱਥੇ ਗਰੇਜ਼ ਨਹੀਂ ਕਰੂੰਗਾ, ਉਹ ਆਪਦਾ ਫਰਜ਼ ਨਿਭਾਇਆ। ਜਿੱਥੇ ਜਿੱਥੇ ਵੀ ਧਰਨੇ ਹੋ ਰਹੇ ਨੇ, ਸੰਘਰਸ਼ ਹੋ ਰਹੇ ਨੇ, ਉਹ ਜਾ ਕੇ ਦੱਸ ਰਹੇ ਨੇ ਵੀ ਆਪਾਂ ਇੱਕਜੁੱਟਤਾ ਨਾਲ ਇਹ ਲੜਾਈ ਲੜੀਏ, ਇੱਕ ਹੋ ਕੇ ਲੜੀਏ, ਇੱਕ ਜ ਤਾਕਤ ਹੈ। ਸਿਆਣੇ ਕਹਿੰਦੇ ਨੇ, ਚਲੋ ਮੇਰੇ ਤੋਂ ਸਾਰੇ ਤੁਸੀਂ ਵੱਡੇ ਹੋ, ਸਿਆਣਿਆਂ ਨੇ ਇਹ ਗੱਲ ਕਹੀ ਹੈ, ਜਿੱਥੇ ਵੱਡੇ ਬੈਠੇ ਹੋਣ ਉੱਥੇ ਸੁਣਿਆ ਕਰੋ ਉਹਨਾਂ ਨੂੰ ਬਹਿ ਕੇ, ਉੱਥੇ ਛੋਟੇ ਬੰਦੇ ਦਾ ਬੋਲਣ ਦਾ ਕੋਈ ਜ਼ਿਆਦਾ ਹੱਕ ਨਹੀਂ ਹੈਗਾ। ਸੋ ਮੈਂ ਜ਼ਿਆਦਾ ਬੋਲੂੰਗਾ ਵੀ ਨਹੀਂ, ਮੇਰੀ ਬਸ ਇੱਕੋ ਹੀ ਬੇਨਤੀ ਹੈ ਕਿ ਆਪਾਂ ਇਹ ਲੜਾਈ ਇੱਕਜੁੱਟ ਹੋ ਕੇ ਲੜਨਾ ਤੇ ਅਖੀਰ ਤੱਕ, ਜਦੋਂ ਗੱਲ ਆਰ ਪਾਰ ਤੇ ਹੀ ਆ ਗਈ, ਹੁਣ ਅਸੀਂ ਧਰਨੇ ਰੋਕਦੇ ਹਾਂ, ਰੇਲ ਰੋਕੋ ਅੰਦੋਲਨ ਸਾਡਾ ਚੱਲ ਰਿਹਾ, ਕੀ ਰੇਲਾਂ ਰੋਕਣ ਨਾਲ ਉਹਨਾਂ ਨੂੰ ਫਰਕ ਨਹੀਂ ਪੈਂਦਾ? ਜੇ ਆਪਾਂ ਕਹਿ ਦਈਏ ਨਹੀਂ ਪੈਂਦਾ ਤਾਂ ਇੱਥੇ ਆਪਾਂ ਗਲਤ। 130-132 ਕਰੋੜ ਰੁਪਏ ਦਾ ਪਰ ਡੇ ਦਾ ਨੁਕਸਾਨ ਹੁੰਦਾ ਹੈ। ਇਹ ਰੇਲਾਂ ਉਹਨਾਂ ਦੀ ਮੌਲ ਨੇ, ਇੱਥੇ ਅਡਾਨੀਆਂ ਦੇ ਦਾਲਾਂ ਜਿਹੜੀਆਂ ਲੈ ਕੇ ਜਾਂਦੀਆਂ ਨੇ ਮਾਲ ਗੱਡੀਆਂ, ਸਾਡੇ ਤਾਂ ਹੈ ਨਹੀਂ ਨਾ। ਤਾਂ ਫਰਕ ਪੈਂਦਾ ਸਿੱਧੇ ਤਰ੍ਹਾਂ ਦੇ। ਅਗਲੀ ਰਣਨੀਤੀ ਜਿਹੜੀ ਕਿਸਾਨ ਜਥੇਬੰਦੀਆਂ ਬਣਾਉਣਗੇ, ਅਸੀਂ ਉਹਨਾਂ ਨੂੰ ਸਮਰਥਨ ਦਿੱਤਾ ਤਾਂ ਸਾਡਾ ਉਹਨਾਂ ਦੇ ਨਾਲ ਚੱਲਣਾ ਸੁਭਾਵਿਕ ਤੌਰ ਤੇ ਸੰਭਵ ਲਾਜ਼ਮੀ ਹੈ। ਨਾਲ ਕੀ ਹੋਇਆ ਉਸ ਦਿਨ ਮੀਟਿੰਗ ਦੇ ਵਿੱਚ, ਕਿਸਾਨ ਭਵਨ ਸਾਡੇ ਭਰਾ ਸਾਡੇ ਨਾਲ ਬੈਠੇ ਨੇ, ਕਮੇਟੀ ਇੱਕ ਬਣਾਈ ਵੀ, 7 ਕਿਸਾਨ ਜਥੇਬੰਦੀਆਂ ਦੇ ਮੈਂਬਰ ਤੇ 7 ਕਲਾਕਾਰ ਭਰਾ ਰਲ ਕੇ ਰਣਨੀਤੀ ਤੈਅ ਕਰਨਗੇ ਤੇ ਰਲ ਕੇ ਪੰਜਾਬ ਨੂੰ ਸੁਨੇਹਾ ਦੇਣਗੇ ਕਿ ਅਗਲੀ ਰਣਨੀਤੀ ਕੀ ਹੈ। 1 ਤਰੀਕ ਤੋਂ ਲੈ ਕੇ 7 ਤਰੀਕ ਤੱਕ ਰੇਲਾਂ ਰੋਕੀਆਂ ਗਈਆਂ। ਅਸੀਂ ਇਹ ਜ਼ੁਬਾਨ ਉਹਨਾਂ ਨਾਲ ਕਰਕੇ ਆਏ ਸੀ ਕਿ ਅਸੀਂ ਤੁਹਾਡਾ ਸਾਥ ਦੇਵਾਂਗੇ ਤੇ ਅਸੀਂ 7 ਤਰੀਕ ਤੱਕ ਉਹਨਾਂ ਦਾ ਪ੍ਰੋਪਰ ਸਮਰਥਨ ਕਰਾਂਗੇ ਤੇ ਸਾਥ ਦੇਵਾਂਗੇ। ਅੱਗੇ ਜੋ ਰਣਨੀਤੀਆਂ ਬਣਨਗੀਆਂ, ਦੁਬਾਰੇ ਇੱਕ ਮੀਟਿੰਗ ਫੇਰ ਹੋਊਗੀ, ਜੋ ਰਣਨੀਤੀਆਂ ਬਣਾਉਣਗੀਆਂ ਅਸੀਂ ਉਹਨਾਂ ਤੇ, ਹਾਂ ਅਸੀਂ ਆਪਦੇ ਵਿਚਾਰ ਵੀ ਦੇਵਾਂਗੇ ਕਿ ਪੰਜਾਬ ਦੀ ਭਲਾਈ ਲਈ ਜਾਂ ਇਸ ਸੰਘਰਸ਼ ਨੂੰ ਤਿੱਖਾ ਕਰਨ ਲਈ ਹੋਰ ਕੀ ਹੋ ਸਕਦਾ। ਕਿਉਂਕਿ ਨੌਜਵਾਨਾਂ 'ਚ ਗਰਮ ਜੋਸ਼ੀ ਹੈ, ਜਿੱਦਾਂ ਕਹਿ ਦਿੱਤਾ ਜਾਂਦਾ, ਥੋੜ੍ਹੇ ਤੱਤੇ ਨੇ, ਜ਼ਿਆਦਾ ਵੀਰ ਮੈਨੂੰ ਮੈਸੇਜ ਕਰਦੇ ਨੇ ਬਾਈ ਇੱਥੇ ਕੁਛ ਨਹੀਂ ਬਣਨਾ, ਦਿੱਲੀ ਚੱਲੀਏ, ਦਿੱਲੀ ਜਾ ਕੇ ਲੜੀਏ। ਪਰ ਵੀਰੋ ਦਿੱਲੀ ਚੱਲਦੇ ਹਾਂ, ਮੇਰੇ ਨਾਲ ਕੋਈ ਬੰਦਾ, ਕੱਲ੍ਹ ਨੂੰ 5 ਬੰਦੇ ਆ ਜਾਣ, ਮੈਂ ਦਿੱਲੀ ਜਾਣ ਨੂੰ ਤਿਆਰ ਹਾਂ ਬਿਲਕੁਲ। ਪਰ ਜੇ ਦਿੱਲੀ ਅੱਜ ਚਲੇ ਗਏ, 5 ਬੰਦੇ ਚਲੇ ਗਏ, 5000 ਬੰਦੇ ਚਲੇ ਗਏ, ਦਿੱਲੀ ਹੈ ਜਿਹੜੀ ਉਹ ਹਮੇਸ਼ਾ ਪੰਜਾਬ ਨੂੰ ਦਿਮਾਗ ਨਾਲ ਹਰਾਉਂਦੀ ਹੈ, ਤਾਂ ਉੱਥੇ ਮਿਲਣਾ ਕੁਛ ਨਹੀਂ ਗਾ ਸਾਨੂੰ ਦਿੱਲੀ ਜਾ ਕੇ। ਉਹਨਾਂ ਕੋਲ ਐਸੇ ਐਸੇ ਆਧੁਨਿਕ ਹਥਿਆਰ ਨੇ, ਇੰਨੀਆਂ ਫੋਰਸਾਂ ਨੇ, ਉਹਨਾਂ ਨੇ ਸਾਨੂੰ ਦੱਬ ਲੈਣਾ। ਐਸੇ ਐਸੇ ਉਹਨਾਂ ਨੇ ਪਰਚੇ ਸਾਡੇ ਤੇ ਪਾ ਦੇਣੇ ਨੇ ਵੀ ਅਸੀਂ ਪਰਚੇ ਕੈਂਸਲ ਕਰਾਵਾਂਗੇ ਜਾਂ ਬਿੱਲ ਰੱਦ ਕਰਾਵਾਂਗੇ। ਤਾਂ ਕਰਕੇ ਦਿੱਲੀ ਉਦੋਂ ਹੀ ਜਾਣ ਦਾ ਆਪਣਾ ਹੱਕ ਹੈ ਜਦੋਂ ਆਪਾਂ 10 ਲੱਖ ਬੰਦਾ ਇਕੱਠਾ ਹੋਇਆ, ਨਾਲ ਆਪਾਂ ਹਰਿਆਣੇ ਨੂੰ ਵੀ ਲੈ ਕੇ ਚੱਲੀਏ। ਹੁਣ ਅੱਜ ਤੁਹਾਡੀਆਂ ਜਥੇਬੰਦੀਆਂ ਇਹਨਾਂ ਧਰਨਿਆਂ ਚੋਂ ਇੱਕ ਚੀਜ਼ ਸਭ ਤੋਂ ਵਧੀਆ ਨਿਕਲ ਕੇ ਆਈ ਹੈ ਕਿ 14 ਜਥੇਬੰਦੀਆਂ ਹਰਿਆਣੇ ਦੀਆਂ ਸਾਡੇ ਨਾਲ ਚੱਲਣ ਨੂੰ ਤਿਆਰ ਨੇ, 2 ਜਥੇਬੰਦੀਆਂ ਮੱਧ ਪ੍ਰਦੇਸ਼ ਦੀਆਂ ਆ ਕੇ ਸਾਡੇ ਨਾਲ ਸਲਾਹਾਂ ਕਰਨ ਨੂੰ ਤਿਆਰ ਨੇ ਵੀ ਹਾਂਜੀ ਆਪਾਂ ਹਰਿਆਣੇ 'ਚ ਵੀ ਇਹ ਕ੍ਰਾਂਤੀ ਠਾਲਾਂਗੇ। ਕਿਉਂਕਿ ਲੜਾਈ ਤਾਂ ਇੱਕ ਹੀ ਆ, ਸਾਡੇ ਰੌਲੇ ਹੋਰ ਬਥੇਰੇ ਹੋ ਸਕਦੇ ਨੇ, ਅਸੀਂ ਉਹਨਾਂ ਤੋਂ ਮੁੱਕਰਦੇ ਨਹੀਂ, ਉਹ ਆਪਦੀ ਥਾਂ 'ਤੇ ਠੀਕ ਨੇ, ਅਸੀਂ ਆਪਦੀ ਥਾਂ 'ਤੇ ਆਪਣੇ ਹੱਕ ਮੰਗ ਰਹੇ ਹਾਂ। ਪਰ ਅੱਜ ਜੇ ਕੋਈ ਪਹਿਲਾ ਮੁੱਦਾ ਹੈ ਤਾਂ ਉਹ ਸਾਡਿਆਂ ਖੇਤਾਂ ਦਾ ਮੁੱਦਾ। ਜਦ ਤੱਕ ਇਹ ਬਿੱਲ ਰੱਦ ਨਹੀਂ ਹੁੰਦੇ, ਅਸੀਂ ਕਿਸੇ ਹੋਰ ਮੁੱਦੇ ਲਈ ਨਹੀਂ ਲੜਾਂਗੇ, ਅਸੀਂ ਇਸੇ ਮੁੱਦੇ ਲਈ ਲੜਾਂਗੇ। ਉਹ ਤੋਂ ਬਾਅਦ 'ਚ ਇਹ ਬਿੱਲ ਰੱਦ ਹੋ ਜਾਂਦੇ ਨੇ, ਉਹ ਤੋਂ ਬਾਅਦ 'ਚ ਜਿਹੜਾ ਬੰਦਾ ਪੰਜਾਬ ਦੀ ਗੱਲ ਕਰੂਗਾ, ਜਿਹੜਾ ਬੰਦਾ ਏਕੇ ਦੀ ਗੱਲ ਕਰੂਗਾ, ਅਸੀਂ ਉਹਦੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ। ਇਹ ਸਾਡੀ ਜ਼ਬਾਨ ਹੈ, ਸਾਡਾ ਇਹ ਫਰਜ਼ ਸੀਗਾ ਕਿ ਨੌਜਵਾਨ ਵੀਰ ਸਾਡੇ ਕਰਕੇ ਜੁੜਦੇ ਆ, ਅਸੀਂ ਉਹਨਾਂ ਨੂੰ ਇਹੀ ਸੁਨੇਹਾ ਦਿੰਦੇ ਹਾਂ ਵੀ ਆਪਾਂ ਠੀਕ ਹੈ। ਹੁਣ ਫਸਲ ਵੀ ਆ ਗਈ ਸਾਰਿਆਂ ਦੀ, ਮੈਂ ਮੰਨਦਾ ਸਾਰਿਆਂ ਨੇ ਬਿਜ਼ੀ ਵੀ ਹੋ ਜਾਣਾ, ਪਰ ਆਪਣੀਆਂ ਵਾਰੀਆਂ ਵੰਡ ਲਓ ਵੀਰੇ। ਤੁਸੀਂ ਘਰੇ ਬੈਠੇ ਵੀ ਇੰਟਰਨੈਟ 'ਤੇ ਵੀ ਮੇਰੀ ਇਹ ਗੱਲ ਸੁਣਦੇ ਹੋ ਤਾਂ ਤੁਸੀਂ, ਤੁਹਾਡੇ ਤੋਂ ਇੱਥੇ ਰੈਲੀਆਂ 'ਚ ਨਹੀਂ ਆਇਆ ਜਾਂਦਾ, ਤੁਸੀਂ ਘਰੇ ਬੈਠੇ ਸਾਡਾ ਸਾਥ ਕਿਵੇਂ ਦੇ ਸਕਦੇ ਹੋ? ਜੇ ਕਿਸੇ ਕੋਲ ਜੀਓ ਦਾ ਨੰਬਰ ਹੈ ਤਾਂ ਉਹਨੂੰ ਤੋੜ ਕੇ ਸਿੱਟ ਦਿਓ, ਕੁਛ 150 ਨਾਲ 200 ਨਾਲ ਕੋਈ ਫਰਕ ਨਹੀਂ ਪੈਣ ਲੱਗਿਆ। ਜੀਓ ਸਤਿ ਸ੍ਰੀ ਅਕਾਲ, ਜੀਓ ਦਾ ਪ੍ਰੋਪਰ ਤੌਰ ਤੇ ਬਾਈਕਾਟ ਕਰ ਦਿਓ, ਜੀਓ ਦੇ ਪੰਪ ਤੋਂ ਰਿਲਾਇੰਸ ਦੇ ਪੰਪ ਤੋਂ ਤੇਲ ਪਵਾਓ ਹੀ ਨਾ। ਇਹ ਗੱਲ ਅਸੀਂ ਉੱਥੇ ਰਿਲਾਇੰਸ ਦੇ ਪੰਪਾਂ ਤੇ ਧਰਨੇ ਲਾ ਕੇ ਨਹੀਂ ਦੱਸ ਸਕਦੇ ਤੁਹਾਨੂੰ,
ਵੀ ਅਸੀਂ ਧਰਨਾ ਲਾਵਾਂਗੇ ਅਸੀਂ ਤਾਂ ਹੀ ਤੁਸੀਂ ਹਟੋਗੇ ਉੱਥੋਂ ਤੇਲ ਪਾਉਣ ਤੋਂ ਤੁਹਾਡਾ ਆਪਣਾ ਫਰਜ਼ ਹੈ ਯਾਰ ਤੁਸੀਂ ਨਾ ਪਵਾਓ ਤੁਸੀਂ ਧਰਨਿਆਂ 'ਚ ਸਾਡਾ ਸਾਥ ਇਸ ਤਰੀਕੇ ਨਾਲ ਦੇ ਸਕਦੇ ਹੋ ਜਿਹੜੇ ਵੀਰ ਧਰਨਿਆਂ 'ਚ ਨਹੀਂ ਆਉਂਦੇ ਰਿਲਾਇੰਸ ਦਾ ਪ੍ਰੋਪਰ ਬਾਈਕਾਟ ਕਰ ਦਿਓ ਉਹਨਾਂ ਦੇ ਮੌਲਾਂ 'ਚ ਨਾ ਜਾਓ ਉਹਨਾਂ ਦੇ ਆ ਸਟੋਰਾਂ 'ਤੇ ਨਾ ਜਾਓ ਉਹਨਾਂ ਦੇ ਆ ਸੈੱਲਫੋਨ ਯੂਜ਼ ਨਾ ਕਰੋ ਪੰਜਾਬ 'ਚ ਉਹਨਾਂ ਦੀ ਇਨਕਮ ਡਾਊਨ ਆਊਗੀ ਤਾਂ ਇੱਥੇ ਤਾਂ ਸਾਡੀ ਗੱਲ ਤਾਂ ਉਹ ਸੁਣਦੇ ਨਹੀਂ ਮੋਦੀ ਜੀ ਉਹਨਾਂ ਦੀ ਗੱਲ ਤਾਂ ਸੁਣਨਗੇ ਉਹ ਸਲਾਹ ਕਰਨਗੇ ਕਿ ਪੰਜਾਬ 'ਚ ਜਿਹੜੇ ਸਾਡੇ ਆਲਰੇਡੀ ਬਿਜ਼ਨਸ ਚੱਲ ਰਹੇ ਨੇ ਸਾਨੂੰ ਉਹਨਾਂ 'ਚ ਘਾਟਾ ਪੈਣਾ ਸ਼ੁਰੂ ਹੋ ਗਿਆ ਅਸੀਂ ਪੰਜਾਬ 'ਚ ਕਿਉਂਕਿ ਬਿਜ਼ਨਸਮੈਨ ਬੰਦੇ ਨੇ ਤਾਂ ਹਮੇਸ਼ਾ ਪ੍ਰੋਫਿਟ ਦੇਖਣਾ ਨਾ ਜੀ ਅਸੀਂ ਤਾਂ ਆਪਣੇ ਖੇਤਾਂ ਲਈ ਲੜਦੇ ਹਾਂ ਸਾਡੀ ਤਾਂ ਇਹਨਾਂ ਨਾਲ ਸਾਡਾ ਤਾਂ ਇਤਿਹਾਸ ਜੁੜਿਆ ਉਹਨਾਂ ਨੇ ਆਉਣਾ ਇੱਥੇ ਸਿਰਫ ਪ੍ਰੋਫਿਟ ਲਈ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਵੀ ਸਾਨੂੰ ਪੰਜਾਬ 'ਚ ਸਾਡਾ ਬਾਈਕਾਟ ਹੋ ਗਿਆ ਸ਼ਾਇਦ ਉਹ ਆਪਣੀ ਰਣਨੀਤੀ ਬਦਲ ਲੈਣਗੇ ਦੂਜੀ ਗੱਲ ਇਹ ਹੈ ਵੀ ਏਕੇ ਦਾ ਸਬੂਤ ਆਪਾਂ ਕਿਵੇਂ ਦਈਏ ਸਾਡੇ ਬਜ਼ੁਰਗ ਨੇ ਜਿਵੇਂ ਮੈਂ ਪਹਿਲਾਂ ਕਿਹਾ ਆਪਾਂ ਵਾਰੀਆਂ ਵੰਡ ਲਈਏ ਕਿਉਂਕਿ ਫਸਲ ਆਉਣ ਵਾਲੀ ਹੈ ਪਿੰਡ 'ਚ ਜੇ 500 ਬੰਦਾ 1000 ਬੰਦਾ ਤਾਂ 40-40 50-50 ਨੌਜਵਾਨ ਆਪਦੀਆਂ ਵਾਰੀਆਂ ਵੰਡ ਲਓ ਦਿਨੇ ਵੀ ਤੇ ਰਾਤ ਨੂੰ ਵੀ ਜਿੱਥੇ ਧਰਨੇ ਲੱਗਦੇ ਨੇ ਤਨ ਦੇਹੀ ਨਾਲ ਡਿਊਟੀ ਨਿਭਾਈਏ ਆਪਾਂ ਇਹ ਨਾ ਕਹੀਏ ਵੀ 10-12 ਦਿਨਾਂ 'ਚ ਅੱਜ ਇਸ ਗੱਲ ਦੀ ਮੈਨੂੰ ਖੁਸ਼ੀ ਹੁੰਦੀ ਹੈ ਬੜੇ ਚਿਰ ਤੋਂ ਸਾਡੇ ਬਜ਼ੁਰਗ ਸੰਘਰਸ਼ ਕਰਦੇ ਆ ਰਹੇ ਨੇ ਪਰ ਜਿਹੜੀ ਲਹਿਰ ਅੱਜ ਪੰਜਾਬ 'ਚ ਉੱਠੀ ਹੈ ਨੌਜਵਾਨੀ ਅੱਜ ਜਾਗੀ ਹੈ ਤਖਤਾ ਪਲਟਣ ਨੂੰ ਤਿਆਰ ਬੈਠੀ ਹੈ ਇਹ ਜਿੰਨਾ ਕੁ ਮੇਰੀ ਉਮਰ ਹੈ ਮੈਨੂੰ ਨਹੀਂ ਲੱਗਦਾ ਵੀ ਮੈਂ ਆਪਦੀ ਉਮਰ 'ਚ ਦੇਖੀ ਹੈ ਆਪਾਂ ਇਹਨੂੰ ਟੁੱਟਣ ਨਹੀਂ ਦੇਣਾ ਆਪਾਂ ਜਦੋਂ ਤੱਕ ਏਕੇ ਕਰਕੇ ਹੀ ਅੱਜ ਉੱਥੇ ਤੱਕ ਗੱਲ ਪਹੁੰਚੀ ਹੈ ਨਾ ਦਿੱਲੀ ਵਾਲੇ ਸਾਡੀ ਗੱਲ ਨਹੀਂ ਚਲਾਉਂਦੇ ਜਾਂ ਸਾਨੂੰ ਉੱਥੇ ਤੱਕ ਪਹੁੰਚਣ ਨਹੀਂ ਦਿੰਦੇ ਤਾਂ ਇੱਕ ਤੁਹਾਨੂੰ ਮੈਂ ਛੋਟੀ ਜਿਹੀ ਗੱਲ ਦੱਸ ਦੇਣਾ ਤੁਸੀਂ ਬਹੁਤ ਸਿਆਣੇ ਹੋ ਵਾਰ ਵਾਰ ਮੋਦੀ ਜੀ ਨੇ ਜਿਹੜਾ ਬਿੱਲ ਇੱਕ ਵਾਰੀ ਪਾਸ ਕਰਤਾ ਉਹਦੇ 'ਤੇ ਉਹ ਇੱਕ ਵਾਰੀ ਹੀ ਬੋਲਦੇ ਨੇ ਵਾਰ ਵਾਰ ਨਹੀਂ ਬੋਲਦੇ ਤਿੰਨ ਵਾਰ ਮੋਦੀ ਜੀ ਆ ਕੇ ਐਕਸਪਲੇਨ ਕਰ ਚੁੱਕੇ ਨੇ ਵੀ ਇਹਨਾਂ ਬਿੱਲਾਂ ਦੇ ਤੁਹਾਨੂੰ ਕੀ ਫਾਇਦੇ ਨੇ ਤਾਂ ਸਿੱਧੇ ਤੌਰ 'ਤੇ ਉਹਨਾਂ 'ਤੇ ਪ੍ਰੈਸ਼ਰ ਹੈ ਨਾ ਤਾਂ ਹੀ ਵਾਰ ਵਾਰ ਬੋਲਦੇ ਨੇ ਉਹ ਤੋਂ ਬਾਅਦ 'ਚ ਕੱਲ੍ਹ ਬੀਜੇਪੀ ਦੇ ਮਿਨਿਸਟਰ ਪੰਜਾਬ 'ਚ ਆਏ ਭੇਜਿਆ ਵੀ ਕਿਹਨੂੰ ਸਿੱਖ ਫੇਸ ਹਰਦੀਪ ਪੁਰੀ ਜੀ ਉਹ ਕੀ ਕਰਨ ਆਏ ਪੰਜਾਬ 'ਚ ਪਹਿਲਾਂ ਕਿਉਂ ਨਾ ਆਏ ਪੰਜਾਬ 'ਚ ਉਹ ਮਾਹੌਲ ਚੈੱਕ ਕਰਨ ਆਏ ਨੇ ਜੇ ਪ੍ਰੈਸ਼ਰ ਹੈ ਤਾਂ ਹੀ ਆਏ ਨੇ ਜੇ ਇਹਨਾਂ ਧਰਨਿਆਂ ਨੇ ਉੱਥੇ ਤੱਕ ਆਵਾਜ਼ ਪਹੁੰਚਾਈ ਹੈ ਕੁਛ ਖੱਟਿਆ ਉਹ ਤਾਂ ਹੀ ਆਏ ਨੇ ਉਹਨਾਂ ਨੂੰ ਨਹੀਂ ਕੀ ਲੋੜ ਹੈ ਪੰਜਾਬ 'ਚ ਆਉਣ ਦੀ ਸੋ ਗੱਲ ਥੋੜੇ ਟਾਈਮ ਦੀ ਹੈ ਜੇ ਆਪਾਂ ਰਲ ਕੇ ਇੱਕਜੁੱਟ ਹੋ ਕੇ ਚਲੋ ਮੰਨ ਲਿਆ ਵਿਚਾਰਕ ਮਤਭੇਦ ਸਭ ਦੇ ਛੋਟੇ ਛੋਟੇ ਹੋ ਜਾਂਦੇ ਨੇ ਟਿੱਚਾ ਸਭ ਦਾ ਹੀ ਇੱਕ ਹੈ ਅਸੀਂ ਉਹਨਾਂ ਚੀਜ਼ਾਂ 'ਤੇ ਧਿਆਨ ਹੀ ਨਾ ਦਈਏ ਅਸੀਂ ਜੇ ਹੋਕਾ ਦਈਏ ਤਾਂ ਏਕੇ ਦਾ ਦਈਏ ਨੌਜਵਾਨ ਆਪਣਾ ਇਹ ਨਿੱਜੀ ਫਰਜ਼ ਸਮਝਣ ਇਹ ਕੋਈ ਇਹ ਨਹੀਂ ਹੈਗਾ ਵੀ ਮੇਰੀ ਲੜਾਈ ਹੈ ਜਾਂ ਤੇਰੀ ਲੜਾਈ ਹੈ ਇਹ ਆਪਣੇ ਸੱਚੀ ਨੂੰ ਆਪਣੀ ਹੋਂਦ ਦੀ ਲੜਾਈ ਹੈ ਕਿਉਂਕਿ ਵਾਰ ਵਾਰ ਇੱਕੋ ਹੀ ਗੱਲ ਕਹਿੰਦਾ ਵੀ ਖੇਤਾਂ ਤੋਂ ਬਿਨਾਂ ਆਪਣੇ ਕੋਲ ਹੋਰ ਹੈ ਹੀ ਕੁਛ ਨਹੀਂ ਸਾਡੇ ਤਾਂ ਵੱਡੀ ਗੱਲ ਇਹ ਹੈ ਵੀ ਰਿਸ਼ਤੇ ਵੀ ਖੇਤਾਂ ਨੂੰ ਦੇਖ ਕੇ ਆਉਂਦੇ ਨੇ ਜੇ ਪੰਜਾਬ ਦੀ ਜ਼ਮੀਨ ਅਡਾਨੀ ਅਬਾਨੀ ਲੈ ਗਏ ਤਾਂ ਸਾਰਾ ਪੰਜਾਬ ਛੜਾ ਮਰ ਜੂ ਮੁੜ ਕੇ ਤੁਹਾਨੂੰ ਰਿਸ਼ਤੇ ਕਿਹਨੇ ਕਰਨੇ ਨੇ ਸੱਚ ਗੱਲ ਹੈ ਜੀ ਇਹ ਕੋਈ ਝੂਠ ਤਾਂ ਹੈ ਨਹੀਂ ਚਲੋ ਇਹਦਾ ਇੱਕ ਵੱਖ ਗੱਲ ਹੋ ਗਈ ਦੂਜੀ ਗੱਲ ਇਹ ਹੋ ਗਈ ਵੀ ਸਾਡਿਆਂ ਬਜ਼ੁਰਗਾਂ ਨੇ ਮਿਹਨਤ ਕੀਤੀ ਖੇਤ ਬਣਾਏ ਅਸੀਂ ਕਿਉਂ ਛੱਡੀਏ ਤੁਸੀਂ ਕੀ ਢੇਕੇ ਲੱਗਦੇ ਹੋ ਸਾਡਿਆਂ ਖੇਤਾਂ ਦੇ ਤੁਸੀਂ ਬਿੱਲ ਬਣਾਤੇ ਤੁਸੀਂ ਪਾਸ ਵੀ ਕਰਤੇ ਕੀ ਪੰਜਾਬ 'ਚੋਂ ਕਿਸੇ ਰਿਸਰਚਰ ਨੂੰ ਕਿਸੇ ਬੁੱਧੀਜੀਵੀ ਨੂੰ ਬੁਲਾ ਕੇ ਪੁੱਛਿਆ ਵੀ ਅਸੀਂ ਪੰਜਾਬ ਲਈ ਬਿੱਲ ਤਿਆਰ ਕਰਨ ਲੱਗੇ ਹਾਂ ਵੀ ਭਾਈ ਤੁਸੀਂ ਪੰਜਾਬ ਨੂੰ ਨੇੜੇ ਤੋਂ ਦੇਖਿਆ ਪੰਜਾਬ ਨੂੰ ਕਿਹਨਾਂ ਬਿੱਲਾਂ ਦੀ ਲੋੜ ਹੈ ਸਾਡੇ ਨਾਲ ਵਿੱਚ ਬੈਠੋ ਕਿਸੇ ਜਥੇਬੰਦੀ ਨੂੰ ਬੁਲਾਇਆ ਉੱਥੇ ਨਹੀਂ ਬੁਲਾਇਆ ਕਿ ਤੇ ਅਸੀਂ ਬਾਈਕਾਟ ਕਿਉਂ ਨਹੀਂ ਕਰਾਂਗੇ ਸਿੱਧੇ ਤੌਰ 'ਤੇ ਬਿੱਲ ਸਾਡੇ 'ਤੇ ਥੋਪ ਦਿੱਤੇ ਗਏ ਨੇ ਵੀ ਇਹ ਸਾਡਾ ਫਰਮਾਨ ਹੈ ਜਿਵੇਂ ਡਿਕਟੇਟਰਸ਼ਿਪ ਹੋ ਗਈ ਰਾਜਿਆਂ ਵਾਲਾ ਫਰਮਾਨ ਹੋ ਗਿਆ ਵੀ ਅਸੀਂ ਤਾਂ ਥੋਪ 'ਤੇ ਇੱਕ ਬੰਦਾ ਕਿੰਨੀ ਉਹ ਫਸਲ ਲੈ ਕੇ ਹੁਣ ਜਿਹੜੀ ਜਿਹੜੇ ਆੜ੍ਹਤੀ ਨੇ ਦੇਖੋ ਜ਼ਿਮੀਂਦਾਰ ਤੇ ਆੜ੍ਹਤੀ ਦਾ ਇੱਕ ਐਸਾ ਰਿਸ਼ਤਾ ਹੈ ਉਹ ਸਾਡੇ ਪਰਿਵਾਰ ਦਾ ਇੱਕ ਅੰਗ ਹੀ ਆ ਸਿੱਧੇ ਤੌਰ 'ਤੇ ਜਦ ਸਾਨੂੰ ਕਿਸੇ ਪਾਸਿਓਂ ਕੁਛ ਵੀ ਨਹੀਂ ਮਿਲਦਾ ਝੋਲਾ ਚੱਕ ਕੇ ਆੜ੍ਹਤੀ ਕੋਲ ਜਾਣਾ ਪੈਂਦਾ ਸਾਰੇ ਬਜ਼ੁਰਗ ਬੈਠੇ ਨੇ ਤੁਸੀਂ ਪੁੱਛ ਲਓ ਉਹਨੂੰ ਆਪਦੇ ਵਿਆਜ ਦਾ ਲਾਲਚ ਹੈ ਸਾਡਾ ਇਹ ਹੁੰਦਾ ਵੀ ਸਾਡਾ ਡੰਗ ਸਰ ਗਿਆ ਜਦੋਂ ਤੁਸੀਂ ਉਹ ਆੜ੍ਹਤੀ ਵਿੱਚੋਂ ਖਤਮ ਕਰਤਾ ਤਾਂ ਫਿਰ ਅਸੀਂ ਸਾਡੇ ਸਾਲਾਂ ਵਧੀ ਇੱਕ ਵਾਰੀ ਤੁਸੀਂ ਮੰਨ ਲਓ ਵੀ ਪੈਸੇ ਦੇਤੇ ਜੇ ਤੁਸੀਂ 10 ਲੱਖ ਰੁਪਇਆ ਦੇਤਾ ਸਿਆਣੇ ਕਹਿੰਦੇ ਨੇ ਵੀ ਪੁੱਤ ਵਿਆਹਿਆ ਗਿਆ ਤੇ ਨੋਟ ਤੜਾਇਆ ਗਿਆ ਅਸੀਂ ਇਕੱਠੇ ਪੈਸੇ ਉਹਨਾਂ ਨੂੰ ਨਹੀਂ ਸਾਂਭ ਸਕਦੇ ਸਾਡੇ ਕੋਲ 10 ਲੱਖ ਆ ਗਿਆ ਤਾਂ 10 ਲੱਖ ਤੁਹਾਡੇ ਖਰਚੇ ਵੱਧ ਜਾਣਗੇ ਖਰਚਿਆ ਹੀ ਜਾਊਗਾ ਤੇ ਉਹਨਾਂ ਦੀ ਰਣਨੀਤੀ ਵੀ ਇਹੀ ਹੈ ਵੀ ਪਹਿਲਾਂ ਤੁਹਾਨੂੰ ਮੋਟੇ ਮੋਟੇ ਪੈਸੇ ਦੇ ਦਈਏ ਤੇ ਉਹ ਤੋਂ ਬਾਅਦ 4 ਸਾਲ ਬਾਅਦ ਜਵਾਨੀ ਕੰਡਮ ਕਰ ਦਈਏ ਪੰਜਾਬ 'ਤੇ ਤਾਂ ਵੈਸੇ ਇਹ ਇਲਜ਼ਾਮ ਲੱਗਦੇ ਨੇ ਉਹ ਤੋਂ ਬਾਅਦ 'ਚ ਅਸੀਂ ਮਾਲਕ ਹਾਂ ਅਸੀਂ ਰਾਜੇ ਹਾਂ ਫਿਰ ਪ੍ਰਾਈਵੇਟ ਕੰਪਨੀਆਂ ਕਿਉਂ ਨੇ ਵਿੱਚ ਸਰਕਾਰ ਵਿੱਚ ਕਿਉਂ ਨਹੀਂ ਹੈਗੀ MSP ਕਿਉਂ ਨਹੀਂ ਲਿਖਤੀ ਰੂਪ 'ਚ ਦਿੱਤੀ ਗਈ ਉਹਨਾਂ ਦੇ ਦਿਲਾਂ 'ਚ ਖੋਟ ਹੈ ਇੱਕ ਕਾਨੂੰਨ ਐਸਾ ਬਣਾਇਆ ਜਾਵੇ ਵੀ MSP ਲਾਗੂ ਕੀਤੀ ਜਾਵੇ MSP ਤਾਂ ਬਾਕੀ ਵੀ 21-22 ਫਸਲਾਂ 'ਤੇ ਹੈ 29 ਫਸਲਾਂ 'ਤੇ ਹੈ ਇਹ ਵੀ ਕਾਨੂੰਨ ਬਣਾਇਆ ਜਾਵੇ ਵੀ MSP ਤੋਂ ਥੱਲੇ ਜਿਹੜਾ ਵੀ ਬੰਦਾ ਫਸਲ ਸਾਡੀ ਚੱਕਦਾ ਉਹਦੇ 'ਤੇ ਕੋਰਟ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉਹਦੇ 'ਤੇ ਕੇਸ ਹੋਣਾ ਚਾਹੀਦਾ ਜੇ ਬਿੱਲ ਬਣਾਉਣੇ ਸੀ ਤਾਂ ਕੁਛ ਇਹੋ ਜਿਹੇ ਬਣਾਉਂਦੇ ਨਾ
ਹਰ ਇੱਕ ਜ਼ਿਮੀਂਦਾਰ ਕੋਲੇ ਟਰੈਕਟਰ ਨਹੀਂ, ਕਿਸੇ ਕੋਲ 2 ਕਿੱਲੇ ਨੇ, ਕਿਸੇ ਕੋਲ 4 ਕਿੱਲੇ ਨੇ, ਸੋਸਾਇਟੀਆਂ 'ਚ ਲਿਆ ਕੇ ਟਰੈਕਟਰ ਖੜਾਉਂਦੇ, ਸਾਨੂੰ ਬੀਜਾਂ ਵਾਸਤੇ ਪੈਸੇ ਦਿੰਦੇ, ਸਾਨੂੰ ਡੀਜ਼ਲ ਤੇ ਸਬਸਿਡੀ ਦਿੰਦੇ, ਨਹੀਂ ਦਿੰਦੇ। ਉਲਟਾ ਤੁਸੀਂ ਕੀ ਕੀਤਾ, ਆੜ੍ਹਤੀ ਚੱਕਤਾ, ਮੰਡੀ ਭੰਗ ਕਰਤੀ। ਚਲੋ ਮੰਡੀ ਨਾਲ ਕਿਸਾਨ ਤਾਂ ਸਿੱਧੇ ਤਰੀਕੇ ਨਾਲ ਜੁੜੇ ਹੀ ਜੁੜੇ ਆ, ਉੱਥੇ ਕਿੰਨੇ ਪੱਲੇਦਾਰ ਵੀਰ ਨੇ, ਉੱਥੇ ਕਿੰਨੇ ਮਜ਼ਦੂਰ ਵੀਰ ਨੇ, ਜਿਨ੍ਹਾਂ ਦੀ ਰੋਜ਼ੀ ਰੋਟੀ ਮੰਡੀਆਂ ਦੇ ਸਿਰ ਤੇ ਚੱਲਦੀ ਹੈ, ਫਿਰ ਉਹ ਕਿੱਥੇ ਜਾਣਗੇ? ਤਾਂ ਸਿੱਧੇ ਤੌਰ ਤੇ ਇਹ ਉਹਨਾਂ ਸਰਕਾਰ ਦੀ ਨੀਤ 'ਚ ਫਰਕ ਸੀ, ਉਹਨਾਂ ਨੂੰ ਨਹੀਂ। ਦੇਖੋ ਮੈਨੂੰ ਇਹ ਗੱਲ ਕਹਿਣ ਤੋਂ ਕੋਈ ਗਰੇਜ਼ ਨਹੀਂ ਹੁੰਦਾ, ਪੰਜਾਬ 'ਚ ਧਰਨੇ ਲੱਗਣੇ ਸ਼ੁਰੂ ਹੋਏ ਨੇ, ਕਿਹਨਾਂ ਨੇ ਲਾਏ ਨੇ? ਕਲਾਕਾਰਾਂ ਨੇ ਲਾਏ ਨੇ। ਮੈਨੂੰ ਕਹਿੰਦੇ ਹੋ ਵੀ ਆਹ ਵੀਰ ਸਭ ਤੋਂ ਪਹਿਲਾਂ ਨਿਕਲਿਆ, ਆਹ ਵੀਰ ਸਭ ਤੋਂ ਪਹਿਲਾਂ ਨਿਕਲਿਆ, ਤਾਂ ਉਹ ਮੈਂ ਨਿਕਲ ਕੇ ਧਰਨੇ 'ਚ ਕਿਹਦੇ 'ਚ ਗਿਆ? ਕਿਸਾਨ ਜਥੇਬੰਦੀ ਦੇ ਧਰਨੇ 'ਚ ਗਿਆ ਨਾ, ਨਾ ਤਾਂ ਉਹ ਕਿਸੇ ਪੋਲੀਟੀਕਲੀ ਲੀਡਰ ਦਾ ਧਰਨਾ ਸੀ, ਨਾ ਕੋਈ ਹੋਰ ਸੀ, ਉਹ ਕਿਸਾਨ ਜਥੇਬੰਦੀ ਦਾ ਧਰਨਾ ਸੀ। ਮੈਂ ਉਹਦੇ 'ਚ ਗਿਆ, ਚਲੋ ਸਾਡੇ ਸਾਰੇ ਭਰਾ ਆਏ, ਉਦੋਂ ਬਾਅਦ 'ਚ ਨੌਜਵਾਨ ਆਏ ਸਾਰੇ, ਅਸੀਂ ਸਾਰਿਆਂ ਨੇ ਸਲਾਹ ਕੀਤੀ, ਮੈਂ ਇਕੱਲੇ ਨੇ ਤਾਂ ਕੋਈ ਸਲਾਹ ਕੀਤੀ ਨਹੀਂ, ਸਾਰਿਆਂ ਨੇ ਸਲਾਹ ਕੀਤੀ ਵੀ ਆਪਾਂ ਸਮਰਥਨ ਜੀ ਕਿਸਾਨ ਜਥੇਬੰਦੀਆਂ ਨੂੰ ਦੇਣਾ ਤੇ ਆਪਾਂ ਰਲ ਕੇ ਚੱਲਣਾ, 14 ਮੈਂਬਰੀ ਕਮੇਟੀ ਬਣਾਉਣੀ ਹੈ, ਠੀਕ ਹੈ ਜੀ, ਅਗਲੇ ਮਸਲੇ ਆਪਾਂ ਰਲ ਕੇ ਹੱਲ ਕਰਾਂਗੇ। ਅਸੀਂ ਸਮਰਥਨ ਦੇ ਤਾਂ ਜਿਵੇਂ ਹੁਣ ਕਿਸਾਨ ਜਥੇਬੰਦੀਆਂ ਕਹਿਣਗੀਆਂ ਅਸੀਂ ਚੱਲਾਂਗੇ। 7 ਤਰੀਕ ਤੱਕ ਤਾਂ ਸਾਡੀ ਜ਼ੁਬਾਨ ਸੀ ਨਾ ਜੀ ਵੀ 7 ਤਰੀਕ ਤੱਕ ਰੇਲ ਰੋਕੂ ਅੰਦੋਲਨ ਦਾ ਅਸੀਂ ਡਟ ਕੇ ਸਾਥ ਦੇਵਾਂਗੇ, ਤੇ ਅਸੀਂ ਦਿੱਤਾ ਵੀ ਅਸੀਂ ਆਪਣੀ ਜ਼ੁਬਾਨ ਤੋਂ ਭੱਜੇ। ਬਾਕੀ ਅਗਲੀ ਰਣਨੀਤੀ 'ਚ ਜੇ ਕੋਈ ਮਾੜਾ ਮੋਟਾ ਕੋਈ ਵਿਚਾਰਕ ਮਤਭੇਦ ਹੁੰਦਾ ਸੀ, ਲੱਗਦਾ ਸੀ ਵੀ ਇੱਕ ਨਵੇਂ ਤਰੀਕੇ ਨਾਲ ਸੰਘਰਸ਼ ਤਿੱਖਾ ਹੋ ਸਕਦਾ ਹੈ, ਤਾਂ ਆਪਾਂ ਬਹਿ ਕੇ ਗੱਲ ਕਰ ਸਕਦੇ ਹਾਂ, ਆਪਾਂ ਅੱਜ ਵੀ ਕਰ ਸਕਦੇ ਹਾਂ। ਵਾਰ ਵਾਰ ਮੈਂ ਇਹੀ ਗੱਲ ਕਹਿਣਾ ਵੀ ਇਹ ਸੰਘਰਸ਼, ਇਹ ਲਹਿਰ ਜਿਹੜੀ ਖੜੀ ਹੋਈ ਹੈ, ਆਪਾਂ ਇਹਨੂੰ ਵੰਡੀਏ ਨਾ, ਆਪਾਂ ਇੱਕ ਹੋ ਕੇ ਚੱਲੀਏ। ਚਲੋ ਬਾਕੀ ਮਾੜੇ ਮੋਟੇ ਮਾਨ ਮੁਟਾਵ ਦੇਖੋ, ਇਹ ਪੰਜਾਬੀ ਨੇ, ਇੱਥੇ ਐਂ ਤਾਂ ਹੈ ਨਹੀਂ ਵੀ ਸਾਰੇ ਇੱਕ ਪਾਸੇ ਨੂੰ ਚੱਲਣਗੇ, ਹਰੇਕ ਬੰਦੇ ਦੀ ਸੋਚ ਆਪਣੀ ਹੈ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ, ਏਕੇ ਦਾ ਸੰਕੇਤ ਦਿੰਦਾ, ਤੇ ਦੂਜੀ ਗੱਲ ਇਹ ਆ ਵੀ ਮੈਂ ਤੁਹਾਡੇ ਤੋਂ ਵੀ ਇਹ ਜ਼ੁਬਾਨ ਲੈਣੀ ਚਾਹੁੰਦਾ ਵੀ ਜਦੋਂ ਤੱਕ ਸਾਡੇ ਹੱਕ ਸਾਨੂੰ ਨਹੀਂ ਮਿਲਦੇ, ਆਪਾਂ ਪਿੱਛੇ ਨਹੀਂ ਹਟਣਾ, ਚਾਹੇ ਜੋ ਕੁਛ ਮਰਜ਼ੀ ਹੋ ਜਾਵੇ। ਸਤਿ ਸ੍ਰੀ ਅਕਾਲ। ਅੱਜ ਇਹ ਲੜਾਈ ਧਰਨਿਆਂ ਨਾਲ ਲੜ ਰਹੇ ਹਾਂ, ਜੇ ਕੱਲ ਨੂੰ ਇਹ ਲੜਾਈ ਕਿਸੇ ਹੋਰ ਤਰੀਕੇ ਨਾਲ ਵੀ ਲੜਨੀ ਪੈਗੀ ਤਾਂ ਆਪਾਂ ਪਿੱਛੇ ਨਹੀਂ ਹਟਾਂਗੇ। ਇਹ ਹਰ ਇੱਕ ਪੰਜਾਬੀ ਬੰਦੇ ਨੂੰ, ਕਿਉਂਕਿ ਜਿਹਦੇ ਪਿੱਛੇ ਕਿਸਾਨ ਲੱਗਦਾ ਹੈ ਉਹਨੂੰ ਆਪਦੇ ਆਪ ਨਾਲ ਜ਼ੁਬਾਨ ਤੇ ਵਾਅਦਾ ਕਰਨਾ ਚਾਹੀਦਾ, ਕਿਉਂਕਿ ਜੇ ਉਹਨਾਂ ਨੇ ਅੱਜ ਇਹ ਬਿੱਲ ਲਾਗੂ ਕਰਤੇ ਨਾ, ਉਹ ਤੋਂ ਬਾਅਦ ਚੋਂ ਸਾਤੋਂ ਸਾਡੀ ਬੋਲੀ ਵੀ ਖੋਹ ਲੈਣਗੇ, ਸਾਤੋਂ ਪੰਜਾਬ ਵੀ ਖੋਹ ਲੈਣਗੇ। ਮੁੜ ਕੇ ਮੁੱਖ ਦੀ ਗੱਲ ਇਹ ਹੈ, ਤਾਂ ਕਰਕੇ ਆਪਾਂ ਕੇਂਦਰ ਸਰਕਾਰ ਦੀਆਂ ਜਿਹੜੀਆਂ ਇਹ ਮਾਰੂ ਨੀਤੀਆਂ ਨੇ ਇਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਣਾ, ਡਟ ਕੇ ਇਹਨਾਂ ਬਿੱਲਾਂ ਤੋਂ ਵਿਰੋਧ ਕਰਾਂਗੇ। ਪਹਿਲਾ ਧਰਮ ਕਿਸਾਨੀ ਹੈ, ਪਹਿਲਾ ਮੁੱਦਾ ਕਿਸਾਨੀ ਹੈ, ਪਹਿਲਾ ਮੁੱਦਾ ਇਹ ਬਿੱਲ ਅਸੀਂ ਰੱਦ ਕਰਾਉਣੇ ਨੇ, ਬਾਕੀ ਸਾਰੀਆਂ ਲੜਾਈਆਂ ਸਾਡੀਆਂ ਬਾਅਦ ਚੋਂ ਨੇ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਏਕਤਾ, ਕਿਸਾਨ ਏਕਤਾ, ਮਜ਼ਦੂਰ ਏਕਤਾ, ਮਜ਼ਦੂਰ ਏਕਤਾ। ਸਾਡੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਜੋ ਇੰਨੇ ਪੰਜਾਬੀ ਗਏ ਕਿਸਾਨਾਂ ਦੇ ਹੱਕ ਵਿੱਚ ਖੜੇ ਹਨ ਤੇ ਸਰਕਾਰ ਦੇ ਇਸ ਬਿੱਲ ਦਾ ਵਿਰੋਧ ਕਰ ਰਹੇ ਹਨ। ਸਗੋਂ ਨੌਜਵਾਨਾਂ ਨੂੰ ਵੀ ਵੱਧ ਤੋਂ ਵੱਧ ਸਾਥ ਦੇ ਧਰਨੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਤਾਂ ਜੋ ਇਹ ਕਿਸਾਨ ਵਿਰੋਧੀ ਬਿੱਲ ਰੱਦ ਹੋ ਸਕੇ। ਇਸ ਬਿੱਲ ਪ੍ਰਤੀ ਸਰਕਾਰ ਦੇ ਵਿਰੋਧ ਵਿੱਚ ਕੀ ਕਰਨਾ ਚਾਹੀਦਾ ਹੈ, ਤੁਸੀਂ ਵੀ ਆਪਣੇ ਕਮੈਂਟ ਕਰ ਆਪਣੇ ਵਿਚਾਰ ਦੇਣਾ, ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਇਸ ਦੇ ਨਾਲ ਇਸ ਵੀਡੀਓ ਵਿੱਚ ਇੰਨਾ ਹੀ, ਮਿਲਦੇ ਹਾਂ ਕਿਸੇ ਹੋਰ ਪੰਜਾਬੀ ਇੰਡਸਟਰੀ ਦੀ ਨਵੀਂ ਅਪਡੇਟ ਨਾਲ, ਤੇ ਜੇਕਰ ਤੁਹਾਡੇ ਕੋਲ ਵੀ ਪੰਜਾਬੀ ਇੰਡਸਟਰੀ ਦਾ ਕੋਈ ਅਜਿਹਾ ਅਪਡੇਟ ਹੈ ਜੋ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ DM ਕਰ ਉਸਦੀ ਜਾਣਕਾਰੀ ਦੇ ਸਕਦੇ ਹੋ। ਸਭ ਤੋਂ ਪਹਿਲਾਂ ਜਾਣਕਾਰੀ ਦੇਣ ਵਾਲੇ ਦਾ ਨਾਮ ਇਸ ਵੀਡੀਓ ਵਿੱਚ ਸ਼ੇਅਰ ਕੀਤਾ ਜਾਵੇਗਾ। ਜੇਕਰ ਇਸ ਚੈਨਲ ਦੇ ਤੁਸੀਂ ਨਵੇਂ ਹੋ ਤਾਂ ਪੰਜਾਬੀ ਇੰਡਸਟਰੀ ਦੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।